ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਇਸ ਵੀਡੀਓ ਵਿੱਚ ਸੋਸ਼ਲ ਸਾਇੰਸ ਦੇ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ ਪਾਰਟ ਨੰਬਰ 7 ਡਿਸਕਸ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਸੋਸ਼ਲ ਸਾਇੰਸ ਦੇ ਪਾਰਟ ਨੰਬਰ 1 ਤੋਂ ਲੈ ਕੇ 6 ਤੱਕ ਡਿਸਕਸ ਕਰ ਚੁੱਕੇ ਹਾਂ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਤੁਸੀਂ ਇਸ ਚੈਨਲ ਦੀ ਪਲੇਲਿਸਟ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਤੋ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਾਈ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤੁਸੀਂ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਸੋਸ਼ਲ ਸਾਇੰਸ ਪਾਰਟ ਨੰਬਰ 7 ਔਰ ਕੁਐਸਚਨ ਫਸਟ ਹੈ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕ ਤੋਂ ਜ਼ਿਆਦਾ ਵਾਰ ਫਸਲ ਬੀਜਨ ਨੂੰ ਕੀ ਕਹਿੰਦੇ ਹਨ ਖਰੀਫ ਫਸਲ ਬਹੁ ਖੇਤੀ ਰਬੀ ਫਸਲ ਚੰਗੀ ਖੇਤੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਬਹੁ ਫਸਲ ਕੁਐਸਚਨ ਨੰਬਰ 2 ਹੈ ਡੈਸ਼ ਖੇਤਰ ਵਿੱਚ ਮਜ਼ਦੂਰ ਕੋਈ ਵੀ ਭੌਤਿਕ ਵਸਤੂ ਦਾ ਉਤਪਾਦਨ ਨਹੀਂ ਕਰਦਾ ਮੁੰਡਲਾ ਖੇਤਰ ਗੌਣ ਖੇਤਰ ਤੀਜਾ ਖੇਤਰ ਅੰਤਮ ਖੇਤਰ ਤੇ ਇਸ ਦਾ ਰਾਈਟ ਆਨਸਰ ਹੈ ਜੀ ਤੀਜਾ ਖੇਤਰ ਪ੍ਰਸ਼ਨ ਨੰਬਰ 3 ਹੈ ਭਾਰਤ ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ 1953 ਚ 1952 ਚ 1951 ਵਿੱਚ ਜਾਂ 1950 ਦੇ ਵਿੱਚ ਇਸ ਦਾ ਰਾਈਟ ਆਨਸਰ ਹੈ ਜੀ 1950 ਕੁਐਸਚਨ ਨੰਬਰ 4 ਹੈ ਭਾਰਤ ਵਿੱਚ ਯੋਜਨਾ ਕਮਿਸ਼ਨ ਨੇ ਕਦੋਂ ਕੰਮ ਕਰਨਾ ਸ਼ੁਰੂ ਕੀਤਾ 1993 ਵਿੱਚ 1952 ਵਿੱਚ 1951 ਵਿੱਚ 1950 ਦੇ ਵਿੱਚ ਇਸ ザ राइट आंसर है, है? मंत्री, मंत्री, जी 1951 ਪ੍ਰਸ਼ਨ ਨੰਬਰ 5 ਹੈ ਭਾਰਤ ਵਿੱਚ ਯੋਜਨਾ ਕਮਿਸ਼ਨ ਦਾ ਪ੍ਰਧਾਨ ਕੌਣ ਹੁੰਦਾ ਹੈ ਪ੍ਰਧਾਨ ਮੰਤਰੀ ਵਿੱਤ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਇਸ ザ राइट आंसर है जी ਪ੍ਰਧਾਨ ਮੰਤਰੀ ਪ੍ਰਸ਼ਨ ਨੰਬਰ 6 ਹੈ ਭਾਰਤ ਵਿੱਚ ਮੋਦਰੀਕ ਨੀਤੀ ਨੂੰ ਸਿੱਧੇ ਤੌਰ ਤੇ ਕੌਣ ਨਿਯੰਤਰਿਤ ਕਰਦਾ ਹੈ ਭਾਰਤ ਸਰਕਾਰ ਵਿੱਤ ਵਿਭਾਗ ਭਾਰਤੀ ਰਿਜ਼ਰਵ ਬੈਂਕ ਪ੍ਰਧਾਨ ਮੰਤਰੀ ਸਟੇਟ ਬੈਂਕ ਆਫ ਇੰਡੀਆ ਇਸ ਦਾ ਰਾਈਟ ਆਨਸਰ ਹੈ ਜੀ ਭਾਰਤੀ ਰਿਜ਼ਰਵ ਬੈਂਕ ਆਰ ਬੀ ਆਈ ਕੁਐਸਚਨ ਨੰਬਰ 7 ਹੈ ਭਾਰਤ ਦੀ ਪਹਿਲੀ ਪੰਜ ਸਾਲਾਂ ਯੋਜਨਾ ਦਾ ਸਮਾਂਕਾਲ ਕੀ ਸੀ 1938 ਤੋਂ 1953 1949 ਤੋਂ 1954 1950 ਤੋਂ 55 ਜਾਂ 1951 ਤੋਂ 1956 ਤੁਸੀਂ ਦਾ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 7th ਇਸ ਦਾ ਰਾਈਟ ਆਨਸਰ ਹੈ 1951 ਤੋਂ 1956 ਪ੍ਰਸ਼ਨ ਨੰਬਰ 8 ਹੈ ਸਧਾਰਨ ਕੀਮਤ ਵਿੱਚ ਨਿਰੰਤਰ ਅਤੇ ਆधिक वाਦੇ ਨੂੰ ਕੀ ਕਿਹਾ ਜਾਂਦਾ ਹੈ ਵਪਾਰਿਕ ਚੱਕਰ ਮੁਦਰਾ ਸਫਿਤੀ ਮੁਦਰਾ ਅਸਫਿਤੀ ਜਾਂ ਸਥਿਰਤਾ ਇਸ ਦਾ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 8 ਮੁਦਰਾ ਸਫਿਤੀ ਕੁਐਸਚਨ ਨੰਬਰ 9 ਹੈ ਏਕਾਧਿਕਾਰ ਬਾਜ਼ਾਰ ਵਿੱਚ ਉਸ ਆਮਦਨ ਅਤੇ ਸੀਮਾਂਤ ਆਮਦਨ ਵਿੱਚ ਡੈਸ਼ ਦਾ ਸਬੰਧ ਹੈ ਏ ਆਰ ਗ੍ਰੇਟਰ ਦੈਨ ਐਮ ਆਰ ਏ ਆਰ ਹੁੰਦਾ ਜੀ ਐਵਰੇਜ ਰੈਵਨਿਊ ਤੋਂ ਐਮ ਆਰ ਆ ਜਾਏਗਾ ਮਾਰਜੀਨਲ ਰੈਵਨਿਊ ਜਾਂ ਏ ਆਰ ਇਜ਼ ਇਕੁਅਲ ਟੂ ਐਮ ਆਰ ਜਾਂ ਏ ਆਰ ਲੈਸ ਦੈਨ ਐਮ ਆਰ ਜਾਂ ਏ ਆਰ ਬਾਏ ਐਮ ਆਰ ਇਜ਼ ਇਕੁਅਲ ਟੂ 0 ਤੇ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਫਸਟ ਹੈ ਜੀ ਐਵਰੇਜ ਰੈਵਨਿਊ ਗ੍ਰੇਟਰ ਦੈਨ ਮਾਰਜੀਨਲ ਰੈਵਨਿਊ ਨੈਕਸਟ ਕੁਐਸਚਨ ਨੰਬਰ 10 ਹੈ ਉਪਭੋਗ ਖਰਚ ਅਤੇ ਆਮਦਨ ਦਾ ਅਨੁਪਾਤ डैश हों है पी एस ए एमपीएस एम पी एस या एम पी सी तो इसका राइट आंसर है जी ए एपीसी ए पीसी हों जी एवरेज प्रो प्रोसेंसिटी टू कंज्यूम द एवरेज प्रोपेंसिटी टू कंज्यूम क्वेश्चन नंबर इलेवंथ है ਉਪਭੋਗਤਾ ਸੁਰੱਖਣ ਐਕਟ ਕਦੋਂ ਲਾਗੂ ਹੋਇਆ ਸੀ 1982 ਦੇ ਵਿੱਚ 1984 ਚ 1986 1988 ਤੋਂ ਇਸ ਦਾ ਰਾਈਟ ਆਨਸਰ ਹੈ ਜੀ 1986 ਦੇ ਵਿੱਚ ਕੁਐਸਚਨ ਨੰਬਰ 12 ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਗਵਾਂਡੀ ਮੂਲਕ ਦੀ ਮਨੁੱਖੀ ਵਿਕਾਸ ਦੇ ਮਾਮਲੇ ਵਿੱਚ ਵਧੀਆ ਪੇਸ਼ਕਾਰੀ ਹੈ ਸ਼੍ਰੀਲੰਕਾ ਪਾਕਿਸਤਾਨ ਨੇਪਾਲ ਬੰਗਲਾਦੇਸ਼ ਇਸ ਦਾ ਰਾਈਟ ਆਨਸਰ ਹੈ ਜੀ ਸ਼੍ਰੀ ਲੰਕਾ ਕੁਐਸਚਨ ਨੰਬਰ 13 ਹੈ ਭਾਰਤ ਵਿੱਚ ਕਰੰਸੀ ਜਾਰੀ ਕਰਨ ਦੀ ਅਥਾਰਟੀ ਕਿਸ ਕੋਲ ਹੈ ਵਿੱਤ ਕੰਪਨੀ ਕੋਲ ਨਵਾਰਡ ਵਪਾਰਿਕ ਬੈਂਕ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਇਸ ਦਾ ਰਾਈਟ ਆਨਸਰ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ ਕੁਐਸਚਨ ਨੰਬਰ 14 ਹੈ ਭਾਰਤ ਸਰਕਾਰ ਦੁਆਰਾ 1969 ਵਿੱਚ ਕਿੰਨੇ ਬੈਂਕ ਦਾ ਰਾਸ਼ਟਰੀਕਰਨ ਕੀਤਾ ਗਿਆ 12 14 6 20 ਇਸ ਦਾ ਰਾਈਟ ਆਨਸਰ ਹੈ 14 ਕੁਐਸਚਨ ਨੰਬਰ 15 ਭਾਰਤ ਸਰਕਾਰ ਦੁਆਰਾ 1980 ਵਿੱਚ ਕਿੰਨੇ ਬੈਂਕ ਦਾ ਰਾਸ਼ਟਰੀਕਰਨ ਕੀਤਾ ਗਿਆ 12 14 6 20 which is the right answer ਹੈ ਜੀ 6 ਕਵੈਸਚਨ ਨੰਬਰ 16 ਸਰਕਾਰ ਦੀ ਆਮਦਨ ਖਰਚ ਅਤੇ ਕਰਜ਼ੇ ਸੰਬੰਧੀ ਨੀਤੀ ਕੀ ਕਹਾਉਂਦੀ ਹੈ ਮੋਦ੍ਰਿਕ ਸਰਕਾਰੀ ਯੋਜਨਾ ਰਾਸ਼ ਕੋਸ਼ੀ ਜੀ ਦਾ ਰਾਈਟ ਆਨਸਰ ਹੈ ਜੀ ਰਾਸ਼ ਕੋਸ਼ੀ ਕਵੈਸਚਨ ਨੰਬਰ 17 ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ 1935 1947 1950 ਚ 1951 ਵਿੱਚ ਕੁਐਸਚਨ ਨੰਬਰ 17 ਇਸ ਦਾ ਰਾਈਟ ਆਨਸਰ ਹੈ ਜੀ 1935 ਕੁਐਸਚਨ ਨੰਬਰ 18 ਨਵਾਰਡ ਦੀ ਸਥਾਪਨਾ ਕਦੋਂ ਕੀਤੀ ਗਈ 1982 ਚ 1986 ਚ 1988 ਚ 1999 ਵਿੱਚ ਇਸ ਦਾ ਰਾਈਟ ਆਨਸਰ ਹੈ ਜੀ 1982 ਦੇ ਵਿੱਚ ਕੁਐਸਚਨ ਨੰਬਰ 19 ਹੈ ਜੀ ਕਿਸ ਬੈਂਕ ਦੀਆਂ ਸ਼ਾਖਾਵਾਂ ਸਭ ਤੋਂ ਵੱਧ ਹਨ ਐਸ ਬੀ ਆਈ ਸਟੇਟ ਬੈਂਕ ਆਫ ਪਟਿਆਲਾ ਆਈ ਡੀ ਬੀ ਆਈ ਪੀ ਐਨ ਬੀ ਪੰਜਾਬ ਨੈਸ਼ਨਲ ਬੈਂਕ ਇਜ਼ ਦਾ ਰਾਈਟ ਆਨਸਰ ਹੈ ਜੀ ਐਸ ਬੀ ਆਈ ਸਟੇਟ ਬੈਂਕ ਆਫ ਪਟਿਆਲਾ ਨੈਕਸਟ ਕੁਐਸਚਨ ਹੈ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਦੋਂ ਹੋਈ 1970 69 69 ਤੇ 68 ਜਾਂ 1968 ਦੇ ਸਟਾਰਟ ਜਾਂ 1966 ਜਾਂ 67 ਦੇ ਵਿੱਚ ਇਜ਼ ਦਾ ਰਾਈਟ ਆਨਸਰ ਹੈ ਜੀ 1966 67 ਦੇ ਵਿੱਚ ਕੁਐਸਚਨ ਨੰਬਰ 21 ਹੈ ਹਰੀ ਕ੍ਰਾਂਤੀ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ ਦੁੱਧ ਨਾਲ ਫਸਲਾਂ ਨਾਲ ਦਰੱਖਤਾਂ ਨਾਲ ਉਦਯੋਗਾਂ ਨਾਲ ਇਸ ਦਾ ਰਾਈਟ ਆਨਸਰ ਹੈ ਜੀ ਫਸਲਾਂ ਦੇ ਨਾਲ ਕੁਐਸਚਨ ਨੰਬਰ 2 ਹੈ ਦਾਲਾਂ ਦਾ ਉਤਪਾਦਨ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਪਾਕਿਸਤਾਨ ਨੇਪਾਲ ਸ਼੍ਰੀਲੰਕਾ ਭਾਰਤ ਇਸ ਦਾ ਰਾਈਟ ਆਨਸਰ ਹੈ ਜੀ ਭਾਰਤ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਜਵਾਲਾਲਲ ਨਹਿਰੂ ਮਹਾਤਮਾ ਗਾਂਧੀ ਡਾਕਟਰ ਨਾਰਮਨ ਬਰਲੌਕ ਜਾਂ ਡਾਕਟਰ ਬੀ ਆਰ ਅੰਬੇਦਕਰ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਡਾਕਟਰ ਨਾਰਮਨ ਬਰਲੌਕ ਕੁਐਸਚਨ ਨੰਬਰ 24 ਹੈ ਜੀ ਆਈਸੀਆਈ ਆਈਸੀਆਈ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ 1968 ਚ 1958 ਦੇ ਵਿੱਚ 1955 ਚ ਜਾਂ 1951 ਦੇ ਵਿੱਚ ਇਹਦਾ ਰਾਈਟ ਆਨਸਰ ਹੈ ਜੀ 1955 ਦੇ ਵਿੱਚ ਕੀਤੀ ਗਈ ਨੈਕਸਟ ਕੁਐਸਚਨ ਨੰਬਰ ਹੈ ਜੀ 25 ਹੁਣ ਤੱਕ ਭਾਰਤ ਵਿੱਚ ਕਿੰਨੀਆਂ 5 ਸਾਲਾਂ ਯੋਜਨਾ ਮੁਕੰਮਲ ਹੋ ਚੁੱਕੀਆਂ ਹਨ 12 13 14 ਜਾਂ 15 ਕੋਈ ਇਸ ਦਾ ਰਾਈਟ ਆਨਸਰ ਹੈ ਜੀ 12 12 ਯੋਜਨਾ ਕੁਐਸਚਨ ਨੰਬਰ 26 ਹੈ ਭਾਰਤ ਦੀ ਨਵੀਂ ਉਦਯੋਗਿਕ ਨੀਤੀ ਕਿਸ ਸਾਲ ਲਾਗੂ ਕੀਤੀ ਗਈ 1999 ਵਿੱਚ 1991 ਵਿੱਚ 1995 ਚ ਜਾਂ 2021 ਇਸ ਦਾ ਰਾਈਟ ਆਨਸਰ ਹੈ ਜੀ 1991 ਦੇ ਵਿੱਚ ਕੁਐਸਚਨ ਨੰਬਰ 27 ਹੈ ਲਗੂ ਉਦਯੋਗ ਵਿੱਚ ਨਿਵੇਸ਼ ਦੀ ਸੀਮਾ ਕੀ ਹੈ 2 ਕਰੋੜ 3 ਕਰੋੜ 4 ਕਰੋੜ 5 ਕਰੋੜ ਇਸ ਦਾ ਰਾਈਟ ਆਨਸਰ ਹੈ ਜੀ 3 ਕਰੋੜ ਕਵੈਸਚਨ ਨੰਬਰ 28 ਹੈ ਭਾਰਤ ਦੀ ਨਵੀਂ ਉਦਯੋਗਿਕ ਨੀਤੀ ਲਾਗੂ ਕਰਨ ਸਮੇਂ ਭਾਰਤ ਦੇ ਵਿੱਤ ਮੰਤਰੀ ਕੌਣ ਸਨ ਡਾਕਟਰ ਮਨਮੋਹਨ ਸਿੰਘ ਰਜੀਵ ਗਾਂਧੀ ਅਰਉਂਜਿਤ ਲੀ ਨਿਰਮਲਾ ਸੀਤਾ ਰਮਨ ਇਸ ਦਾ ਰਾਈਟ ਆਨਸਰ ਹੈ ਜੀ ਡਾਕਟਰ ਮਨਮੋਹਨ ਸਿੰਘ ਨੈਕਸਟ ਕਵੈਸਚਨ ਹੈ ਹੇਠ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਨਿਰਯਾਤ ਕਿਹੜਾ ਹੈ ਮਸ਼ੀਨਰੀ ਪੈਟਰੋਲ ਪਟਸਨ ਕਨਕ ਕਵੈਸਚਨ ਨੰਬਰ 29 ਇਸ ਦਾ ਰਾਈਟ ਆਨਸਰ ਹੈ ਜੀ ਪਟਸਨ ਕਵੈਸਚਨ ਨੰਬਰ 30 ਹੈ ਜੀ ਹੇਠ ਲਿਖਿਆਂ ਵਿੱਚੋਂ ਭਾਰਤ ਦਾ ਮੁੱਖ ਆਯਾਤ ਕਿਹੜਾ ਹੈ ਪਟਸਨ ਚਾ ਦਾਲਾਂ ਮਸ਼ੀਨਰੀ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਮਸ਼ੀਨਰੀ ਕਵੈਸਚਨ ਨੰਬਰ ਹੈ 31 ਭਾਰਤ ਤੀ ਯੋਜਨਾ ਕਮਿਸ਼ਨ ਦੀ ਥਾਂ ਹੁਣ ਭਾਰਤ ਵਿੱਚ ਕਿਸ ਨਵੀਂ ਸੰਸਥਾ ਦੀ ਸ਼ੁਰੂਆਤ ਕੀਤੀ ਗਈ ਹੈ ਵਿੱਤ ਕਮਿਸ਼ਨ ਨੀਤੀਯੋਗ ਐਲਪੀਜੀ ਅਯੋਗ ਜਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਤੁਸੀਂ ਦਾ ਰਾਈਟ ਆਨਸਰ ਹੈ ਜੀ ਨੀਤੀ ਆਯੋਗ ਕੁਐਸਚਨ ਨੰਬਰ 32 ਹੈ ਭਾਰਤ ਦੇ ਕਿਸ ਪ੍ਰਾਂਤ ਵਿੱਚ ਜੂਨ 2019 ਵਿੱਚ ਦਿਮਾਗੀ ਬੁਖਾਰ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਕੁਐਸਚਨ ਨੰਬਰ 32 ਹੈ ਇਸ ਦਾ ਰਾਈਟ ਆਨਸਰ ਹੈ ਜੀ ਬਿਹਾਰ ਦੇ ਵਿੱਚ ਕੁਐਸਚਨ ਨੰਬਰ 33 ਹੈ ਸਮੁੰਦਰੀ ਜਹਾਜ਼ਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿਹੜਾ ਹੈ ਦਿੱਲੀ ਜੈਪੂ ਚੰਡੀਗੜ੍ਹ ਵਿਸ਼ਾਖਾਪਟਨਾ ਇਸ ਦਾ ਰਾਈਟ ਆਨਸਰ ਹੈ ਜੀ ਵਿਸ਼ਾਖਾਪਟਨਾ ਭਾਰਤੀ ਰਿਜ਼ਰਵ ਬੈਂਕ ਦਾ ਮੁੱਖ ਦਫ਼ਤਰ ਕਿੱਥੇ ਹੈ ਉਹ ਇਸ ਦਾ ਰਾਈਟ ਆਨਸਰ ਹੈ ਜੀ ਕਵੈਸਚਨ ਨੰਬਰ 34 ਆਪਸ਼ਨ ਹੈ ਨਵੀਂ ਦਿੱਲੀ ਚਨਈ ਮੁੰਬਈ ਸਹੀ ਆਨਸਰ ਹੈ ਜੀ ਵਿਸ਼ਾਖਾ ਪਟਨਾ ਕਵੈਸਚਨ ਨੰਬਰ 35 ਹੈ 1 ਰੁਪਏ ਦੇ ਨੋਟ ਉੱਪਰ ਕਿਸ ਦੇ ਹਸਤਾਖਰ ਹੁੰਦੇ ਹਨ ਗਵਰਨਰ ਆਰ ਬੀਆਈ ਵਿੱਤ ਵਿੱਤ ਸਕੱਤਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਇਸ ਆ ਰਾਈਟ ਆਨਸਰ ਹੈ ਜੀ ਵਿੱਤ ਸਕੱਤਰ ਫਾਈਨੈਂਸ ਮਨਿਸਟਰ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ